ਮਜਸਮੇ ਆਪ ਬਿਹਯਾਤ ਸਰਵਰੇ ਕਾਇਨਾਤ ਵਾਲੀਏ ਕੁਲਾਲਮ ਸ਼ਬਦ ਗੁਰੂ ਸਤ ਗੁਰੂ ਸ੍ਰੀ ਗੁਰੂ ਗ੍ਰੀਬ ਨਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੇ ਮਹਸਿਸ ਹਾਜ਼ਰੀਨ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੈਨੇਡਾ ਦੀ ਸੰਸਥਾ ਇਕ ਪਿਤਾ ਇਕਸਕੇ ਹੰਬਾਰਕ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸਮਾਗਮ ਗੁਰੂ ਦੀ ਗੋਦ ਦੇ ਵਿੱਚ ਸੰਗਤ ਦਾ ਇਕੱਤਰ ਹੋਣਾ ਇਹਦਾ ਜਿਹੜਾ ਪਰਯੋਜਨ ਹੈ ਉਹ ਮੁੱਖ ਰੂਪ ਦੇ ਵਿੱਚ ਅਰਦਾਸ ਹੈ ਤੁਸੀਂ ਇਸ਼ਤਿਹਾਰ ਦੇ ਉੱਪਰ ਜਾਂ ਜਿਹੜਾ ਵੀ ਰਾ ਨੇ ਸੱਦਾ ਪੱਤਰ ਭੇਜਿਆ ਉਹਦੇ ਵਿੱਚ ਤੁਸੀਂ ਦੋ ਚੀਜ਼ਾਂ ਵੇਖੀਆਂ ਹੋਣਗੀਆਂ ਕਿ ਜਿਹੜੇ ਸਿੱਖ ਵੀਰ ਸਾਡੇ ਜੇਲ੍ਹਾਂ ਦੇ ਵਿੱਚੋਂ ਜ਼ਮਾਨਤ ਦੇ ਉੱਪਰ ਬਾਹਰ ਆ ਰਹੇ ਨੇ ਜਾਂ ਆ ਚੁੱਕੇ ਨੇ ਉਹਨਾਂ ਦੀ آمد ਦੇ ਵਿੱਚ ਸ਼ੁਕਰਾਨੇ ਦੀ ਅਰਦਾਸ ਤੇ ਜਿਹੜੇ ਅਜੇ ਵੀ ਸਾਡੇ ਵੀਰ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦੇ ਬਾਰੇ ਅਰਦਾਸ ਕਿ ਉਹ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਸਕਣ ਹੈ ਅਰਦਾਸ ਔਰ ਉਸ ਅਰਦਾਸ ਦੀ ਭਾਵਨਾ ਨੂੰ ਹੀ ਅਸੀਂ ਸਮਝਣਾ ਹੈ ਕਿ ਅਰਦਾਸ ਹੈ ਕੀ ਜਿਹੜੀ ਅਰਦਾਸ ਅਸੀਂ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਖੜੇ ਹੋ ਕੇ ਕਰਦੇ ਹਾਂ ਅਸੀਂ ਨਿਤਨੇਮ ਤੋਂ ਬਾਅਦ ਕਰਦੇ ਹਾਂ ਅਸੀਂ ਜ਼ਿੰਦਗੀ ਦਾ ਹਰ ਕਾਰਜ ਪੂਰਾ ਕਰਨ ਤੋਂ ਕਰਦੇ ਆਂ ਜਦੋਂ ਇਸ ਅਰਦਾਸ ਦੀ ਸ਼ਬਦਾਵਲੀ ਨਹੀਂ ਸੀ ਅਰਦਾਸ ਤਾਂ ਫਿਰ ਵੀ ਹੈਗੀ ਸੀ ਅਰਦਾਸ ਤਾਂ ਫਿਰ ਵੀ ਹੈਗੀ ਸੀ ਅਰਦਾਸ ਜਿਹੜੀ ਹੁੰਦੀ ਹੈ ਉਹ ਸ਼ਬਦਾਂ ਦੀ ਮਹਤਾਜ ਨਹੀਂ ਹੁੰਦੀ ਕਿ ਸ਼ਬਦ ਕਿੰਨੇ ਲੰਬੇ ਨੇ ਸ਼ਬਦਾਂ ਦੀ ਲੰਬਾਈ ਕਿੰਨੀ ਹੈ ਇਹ ਬਿਲਕੁਲ ਇਸ ਚੀਜ਼ ਦੀ ਮਹਤਾਜ ਨਹੀਂ ਹੁੰਦੀ ਇੱਕ ਪ੍ਰਾਰਥਨ ਸਰੋਤ ਦੇ ਵਿੱਚ ਅਰਦਾਸ ਦੇ ਬਾਰੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਕਿ ਮੈਦਾਨੀ ਜੰਗ ਦੇ ਵਿੱਚ ਜਾਣ ਲੱਗਾ ਸਿੱਖ ਜਦੋਂ ਘੋੜੇ ਤੇ ਸਵਾਰ ਹੁੰਦਾ ਸੀ ਨਾ ਸਿਰਫ ਇੰਨਾ ਕਹਿੰਦਾ ਸੀ ਕਲਗੀਆਂ ਵਾਲਿਆ ਮੇਰੀ ਰੱਖਿਆ ਕਰੀ ਤੇ ਉਹਦੀ ਅਰਦਾਸ ਹੋਈ ਸੀ ਅਰਦਾਸ ਦੇ ਪਿੱਛੇ ਭਾਵਨਾ ਹੈ ਜਦੋਂ ਬੱਚਾ ਕਿਤੇ ਮੇਲੇ ਦੇ ਵਿੱਚ ਗਵਾਚ ਜਾਂਦਾ ਹੈ ਮਾਂ-ਬਾਪ ਤੋਂ ਜੁਦਾ ਹੋ ਜਾਂਦਾ ਵਿਛੜ ਜਾਂਦਾ ਹੈ ਤੇ ਉਹਦੀ ਜਿਹੜੀ ਯਾਦ ਆ ਉਹ ਸ਼ਬਦਾਂ ਦੀ ਮਥਾਜ ਥੋੜਾ ਹੈ ਕਿ ਏ ਪ੍ਰਮਾਤਮਾ ਮੈਂ ਤੇਰੇ ਅੱਗੇ ਅਰਦਾਸ ਕਰਦਾ ਹਾਂ ਮੇਰੀ ਮਾਂ ਨੂੰ ਮੈਨੂੰ ਮਿਲਾ ਦੇ ਇਹ ਥੋੜਾ ਹੁੰਦੀ ਹੈ ਉੱਥੇ ਸ਼ਬਦਾਂ ਦਾ ਰੇਖਾ ਚਿੱਤਰ ਨਹੀਂ ਹੁੰਦਾ ਉੱਥੇ ਭਾਵਨਾ ਹੁੰਦੀ ਹੈ ਬੱਚਾ ਕੇਵਲ ਮਾਂ ਪੁਕਾਰਦਾ ਮਾਂ ਕਿਉਂਕਿ ਉਹ ਲੱਭ ਮਾਂ ਨੂੰ ਰਿਹਾ ਹੈ ਅਰਦਾਸ ਦੇ ਪਿੱਛੇ ਨਾ ਅਹੰਕਾਰ ਦਾ ਭਾਵ ਹੋਣਾ ਚਾਹੀਦਾ ਹੈ ਅਰਦਾਸ ਦੇ ਪਿੱਛੇ ਕੇਵਲ ਤੇ ਕੇਵਲ ਇੱਕ ਚੀਜ਼ ਹੈ ਭਾਵਨਾ ਅਰਦਾਸ ਦੇ ਰੂਪ ਵੀ ਇਸ ਤਰ੍ਹਾਂ ਦੇ ਨੇ ਸਾਡੇ ਉਹਦੇ ਵਿੱਚ ਰੂਪ ਧਰਮ ਵੀ ਹੈ ਫਲਸਫਾ ਵੀ ਹੈ ਸਮਾਜ ਵੀ ਹੈ ਸਮਾਜਿਕ ਜੀਵਨ ਦੇ ਵਿੱਚ ਵੀ ਅਸੀਂ ਅਰਦਾਸ ਕਰਦੇ ਆਂ ਕਈ ਵਾਰ ਅਰਦਾਸ ਲੋਕਾਚਾਰੀ ਦੇ ਵਾਸਤੇ ਹੁੰਦੀ ਹੈ ਜੀ ਆਹ ਕੰਮ ਸ਼ੁਰੂ ਕੀਤਾ ਸੀ ਅਸੀਂ ਸੰਗਤ ਨੂੰ ਬੁਲਾ ਕੇ ਅਰਦਾਸ ਕੀਤੀ ਹੈ ਪਰਦਰ ਅਸਲ ਅਰਦਾਸ ਜਿਹੜੀ ਹੈ ਇਹ ਹਿਰਦੇ ਚੋਂ ਨਿਕਲੀ ਸ਼ੁੱਧ ਭਾਵਨਾ ਹੈ ਇਹ ਸ਼ਬਦਾਂ ਦੀ ਮੁਹਤਾਜ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਦੇ ਵਿੱਚ ਅਰਦਾਸ ਸ਼ਬਦ ਅਨੇਕਾਂ ਰੂਪਾਂ ਚ ਆਉਂਦਾ ਹੈ ਅਰਦਾਸ ਸ਼ਬਦ ਆਇਆ ਕਿੱਥੋਂ ਇਸਲਾਮ ਵਾਲੇ ਵੀ ਇਸ ਨੂੰ ਪ੍ਰਚਲਿਤ ਮੰਨਦੇ ਨੇ ਸੰਸਕ੍ਰਿਤ ਵਾਲੇ ਵੀ ਪ੍ਰਚਲਿਤ ਮੰਨਦੇ ਨੇ ਅਰਦਾਸ ਸ਼ਬਦ ਪਰ ਹੈਰਾਨਗੀ ਦੀ ਗੱਲ ਇਹ ਹੈ ਇਸ ਸ਼ਬਦ ਦੇ ਪਿੱਛੇ ਕਿ ਦੋਵਾਂ ਹੀ ਪਛਾਵਾਂ ਦੇ ਵਿੱਚੋਂ ਇੱਕ ਸਾਮੀ ਪਛਾਵਾਂ ਦੇ ਵਿੱਚੋਂ ਇੱਕ ਸੰਸਕ੍ਰਿਤ ਮੂਲਕ ਪਛਾਵਾਂ ਦੇ ਵਿੱਚੋਂ ਕੁਝ ਸ਼ਬਦ ਐਵੇਂ ਦੇ ਆਉਂਦੇ ਨੇ ਜਿਹੜੇ ਉਚਾਰਨ ਦੇ ਵਿੱਚ ਤੇ ਅੱਖਰਾਂ ਦੇ ਵਿੱਚ ਇੱਕੋ ਜਿਹੇ ਨੇ ਅਰਥ ਬਦਲ ਜਾਂਦੇ ਨੇ। ਮਿਸਾਲ ਦੇ ਤੌਰ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਇਆ ਸ਼ਬਦ ਅਮਰ। ਅਮਰ ਸ਼ਬਦ ਫਾਰਸੀ ਚੋਂ ਆਵੇਗਾ। ਤੇ ਉਸ ਦਾ ਅਰਥ ਹੈ ਥਿਰ ਰਹਿਣ ਵਾਲਾ ਹੁਕਮ। ਸੱਚੇ ਤੇਰੇ ਅਮਰ ਹੁਕਮ। ਸੱਚੇ ਦੀਵਾਨ ਤੇਰੇ ਹੁਕਮ ਵੀ ਸੱਚੇ ਨੇ ਤੇਰੇ ਦਰਬਾਰ ਵੀ ਸੱਚੇ ਨੇ। ਉੱਥੇ ਉਹ ਸ਼ਬਦ ਫਾਰਸੀ ਚੋਂ ਆ ਰਿਹਾ। ਪੀ ਅੰਮ੍ਰਿਤ ਅਗਾਨਿਆ ਗੁਰ ਅੰਮ੍ਰਿਤ ਰਾਯਾ ਉੱਥੇ ਸ਼ਬਦ ਸੰਸਕ੍ਰਿਤ ਚੋਂ ਆ ਰਿਹਾ ਉੱਥੇ ਅਮਰ ਦਾ ਅਰਥ ਹੈ ਮੌਤ ਤੋਂ ਰਹਿਤ ਸ਼ਬਦ ਉਹੀ ਹੈ ਅਮਰ ਸੰਸਕ੍ਰਿਤ ਦੇ ਵਿੱਚ ਇਸ ਦਾ ਅਰਥ ਹੈ ਹੁਕਮ ਕਿਤੇ ਤੁਹਾਨੂੰ ਫਾਰਸੀ ਦਾ ਇੱਕ ਸਰੋਤ ਹੈ ਤੁਸਕੇ ਜ਼ਹਾਂਗੀਰੀ ਜਿਸ ਦੇ ਵਿੱਚ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਜ਼ਹਾਂਗੀਰ ਵੱਲੋਂ ਕੀਤਾ ਗਿਆ ਹੁਕਮ ਹੈ ਉਹ ਸ਼ੁਰੂ ਹੀ ਇੱਥੋਂ ਕਰਦਾ ਅਮਰ ਕਰਦਮ ਮੈਂ ਹੁਕਮ ਕੀਤਾ ਉੱਥੇ ਸ਼ਬਦ ਉਹ ਫਾਰਸੀ ਦੇ ਵਿੱਚ ਹੈ ਇਸੇ ਤਰ੍ਹਾਂ ਦਾਵਾ ਸ਼ਬਦ ਅਸੀਂ ਪੜ੍ਹਦੇ ਹਾਂ ਨਾ ਕਿਵਰੀ ਕਹਿੰਨੇ ਦਾਵਾ ਅਗਨ ਬਹੁ ਤ੍ਰਿਣ ਜਾਲੇ ਕੋਈ ਹਰਿਓ ਬੂਟ ਰਹੇ ਹੋਰੇ ਦਾਵਾ ਸ਼ਬਦ ਸੰਸਕ੍ਰਿਤ ਚੋਂ ਆਵੇਗਾ ਤੇ ਇਹ ਕੁਦਰਤੀ ਆਗ ਹੈ ਪਰ ਇਹੀ ਦਾਵਾ ਸ਼ਬਦ ਅਰਬੀ ਦੇ ਵਿੱਚੋਂ ਆਵੇਗਾ ਇਹਦਾ ਅਰਥ ਹੈ ਹੱਕ ਸ਼ਬਦ ਉਹੀ ਹੈ ਅੱਖਰ ਵੀ ਉਹੀ ਨੇ ਪਰ ਅਰਦਾਸ ਸ਼ਬਦ ਇਵੇਂ ਦਾ ਹੈ ਇਹ ਸੰਸਕ੍ਰਿਤ ਦੇ ਵਿੱਚੋਂ ਆਵੇਗਾ ਤੇ ਇਹਦਾ ਮੂਲ ਸ਼ਬਦ ਬਣੇਗਾ ਅਰਜਦਾਸਤ ਆਪਣੀ ਦਾਸ ਤਾਨੂੰ ਅਰਜ ਕਰਨਾ ਬਿਆਨ ਕਰਨਾ ਬੇਨਤੀ ਦੇ ਰੂਪ ਚ ਇਹ ਹੀ ਸ਼ਬਦ ਸੰਸਕ੍ਰਿਤ ਦੇ ਵਿੱਚੋਂ ਆਵੇਗਾ ਤੇ ਇਹਦਾ ਮੂਲ ਸ਼ਬਦ ਬਣੇਗਾ ਅਰਧ ਆਸ ਅਰਧ ਹਿਰਦਾ ਆਸਿਰਦੇ ਦੀ ਕਾਮਨਾ ਇਹ ਇੱਕ ਐਵੇਂ ਦਾ ਸ਼ਬਦ ਹੈ ਜਿਹੜਾ ਆਪਣੀਆਂ ਦੋਵੇਂ ਮੂਲਕ ਪਛਾਵਾਂ ਦੇ ਵਿੱਚ ਤਕਰੀਬਨ ਇੱਕੋ ਜਿਹਾ ਅਰਥ ਰੱਖਦਾ ਹੈ ਕਿ ਹਿਰਦੇ ਦੇ ਵਿੱਚੋਂ ਆਸ ਕਾਮਨਾ ਜਾਂ ਅਰਦਾਸ ਇਰਦੇ ਦੇ ਵਿੱਚੋਂ ਪੈਦਾ ਹੋਈ ਹੁਣ ਇਹ ਹੈ ਕਿਵੇਂ ਦੀ ਇਹਨੂੰ ਸਮਝਣਾ ਪਵੇਗਾ ਮਨੁੱਖ ਸੋਚੇ ਕਿ ਮੇਰੀ ਤਾਂ ਸ਼ਬਦਾਵਲੀ ਬਹੁਤ ਵਧੀਆ ਹੈ ਮੇਰੇ ਕੋਲ ਬੜੇ ਭਾਰੇ ਭਾਰੇ ਅੱਖਰ ਨੇ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਦੇ ਵਾਸਤੇ ਤਾਂ ਕੀ ਪਰਮਾਤਮਾ ਉਹਨਾਂ ਬਹੁਤ ਵੱਡੀ ਸ਼ਬਦਾਵਲੀ ਦੇ ਉੱਪਰ ਜਾਂ ਵੱਡੀਆਂ ਵਿਆਖਿਆਵਾਂ ਦੇ ਉੱਪਰ ਵੱਡੀਆਂ ਪਰਿਭਾਸ਼ਾਵਾਂ ਦੇ ਉੱਪਰ ਵੱਡੀਆਂ ਐਕਸਪਲੇਨੇਸ਼ਨ ਦੇ ਉੱਪਰ ਪਰਮਾਤਮਾ ਕਿਤੇ ਉਂਝ ਨਹੀਂ ਜਾਂਦਾ ਨੇ ਕਿਵੇਂ ਰੀਚਦਾ ਹੈ शेख ਸਾਦੀ ਦਾ ਇੱਕ ਸ਼ੇਰ ਹੈ ਉਸ ਸ਼ੇਰ ਦੇ ਅਰਥ ਜਿਹੜੇ ਨੇ ਇੱਕ ਉਥਾਨਕਾ ਦੇ ਵਿੱਚ ਇੱਕ ਅਰਬੀ ਦੀ ਕਹਾਣੀ ਦੇ ਵਿੱਚ ਨੇ ਕਹਾਣੀ ਦਾ ਸਬੰਧ حضرت موسی ਦੇ ਨਾਲ ਹੈ موسی ਅਰ ਰਸਲਮ ਇਸਲਾਮ ਦੇ ਮੰਨੇ ਪਰ ਮੰਨੇ ਪੈਗੰਬਰ حضرت موسی ਉਹਨਾਂ ਦੀ ਜ਼ਿੰਦਗੀ ਦੀ ਇੱਕ ਘਟਨਾ ਹੈ ਉਹਨਾਂ ਦੇ ਸਮਕਾਲੀ ਜਿਹੜੇ ਸਰੋਤ ਨੇ ਉਹਨਾਂ ਦੇ ਵਿੱਚ ਇਸ ਦਾ ਜ਼ਿਕਰ ਹੈ ਸ਼ੇਖ ਸਾਦੀ ਨੇ ਉਸ ਘਟਨਾ ਦਾ ਤੱਤਸਾਰ ਆਪਣੇ ਸ਼ੇਅਰ ਚ ਬਿਆਨ ਕੀਤਾ ਹੈ ਸ਼ੇਅਰ ਮੈਂ ਤੁਹਾਡੇ ਨਾਲ ਬਾਅਦ ਵਿੱਚ ਸਾਂਝਾ ਕਰਦਾ ਹਾਂ ਪਹਿਲਾਂ ਉਸ ਕਹਾਣੀ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਅਰਦਾਸ ਹੈ ਕੀ ਕਿਵੇਂ ਦੀ ਹੁੰਦੀ ਹੈ ਰੱਬ ਕਿਵੇਂ ਮਿਲਦਾ ਹੈ ਉਸ ਅਰਦਾਸ ਨੂੰ ਕਿਵੇਂ ਪ੍ਰਭਾਸ਼ਿਤ ਕਰੀਏ ਇੱਕ ਆਦਮੀ ਇੱਕ ਪਹਾੜੀ ਦੇ ਉੱਪਰ ਰਹਿੰਦਾ ਨਾ ਮਾਂ ਨਾ ਬਾਪ ਨਾ ਕੋਈ ਪਰਿਵਾਰ ਨਾ ਕੋਈ ਕਟੰਬ ਨਾ ਕਬੀਲਾ ਨਾ ਸ਼ਰੀਕਾ ਬਿਲਕੁਲ ਇਕੱਲਾ ਇੱਕ ਪਹਾੜੀ ਦੇ ਉੱਪਰ ਕੁਝ ਭੇਡਾਂ ਰੱਖੀਆਂ ਨੇ ਉਹਨਾਂ ਭੇਡਾਂ ਦਾ ਦੁੱਧ ਚੋਂਦਾ ਹੈ ਕੁਝ ਵੇਚ ਕੇ ਗੁਜ਼ਾਰਾ ਕਰ ਲੈਂਦਾ ਹੈ ਕੁਝ ਆਪ ਪੀ ਲੈਂਦਾ ਹੈ ਬਸ ਇੰਨੀ ਕੁ ਜ਼ਿੰਦਗੀ ਹੈ ਇਕੱਲਾ ਵਿਅਕਤੀ ਇੰਨੀ ਕੁ ਜ਼ਿੰਦਗੀ ਹੈ ਵੈਸੇ ਹੈ ਵੀ ਮਨੁੱਖ ਦੀਆਂ ਲੋੜਾਂ ਇੰਨੀਆਂ ਹੈ ਕਿੰਨੇ ਪਦਾਰਥਵਾਦ ਦੇ ਵਿੱਚ ਬਹੁਤ ਨੇ ਪਰ ਮੈਨੂੰ ਲੱਗਦਾ ਕਰੋਨਾ ਦੇ ਵਿੱਚ ਸਾਨੂੰ ਬਹੁਤ ਲੋਕਾਂ ਨੂੰ ਇੱਕ ਗੱਲ ਦੀ ਸਮਝ ਆ ਗਈ ਹੈ ਕਿ ਜ਼ਿੰਦਗੀ ਦੀਆਂ ਲੋੜਾਂ ਹੈ ਕਿ ਨਹੀਂ ਆਖੀ ਅਸੀਂ ਘਰ ਰਹਿ ਕੇ ਵੀ ਗੁਜ਼ਾਰਾ ਕੀਤਾ ਸਾਰਿਆਂ ਨੇ ਅਸੀਂ ਲੋਕਡਾਊਨ 'ਚ ਵੀ ਗੁਜ਼ਾਰਾ ਕੀਤਾ ਅਸੀਂ ਨਹੀਂ ਫਿਲਮਾਂ ਵੇਖੀਆਂ ਅਸੀਂ ਨਹੀਂ ਸ਼ਾਪਿੰਗ ਵਾਲਸ ਦੇ ਵਿੱਚ ਗਏ ਅਸੀਂ ਨਹੀਂ ਬਾਹਰ ਦਾ ਜੰਕ ਫੂਡ ਖਾਦਾ ਪਰ ਉਹਦੇ ਬਾਵਜੂਦ ਕਮ ਸੇ ਕਮ ਇਹ ਤੇ ਪਤਾ ਲੱਗਾ ਕਿ ਜ਼ਿੰਦਗੀ ਦੀਆਂ ਅਸਲ ਲੋੜਾਂ ਕੀ ਨੇ ਬਹੁਤ ਲੋੜਾਂ ਤੇ ਉਹ ਨੇ ਜਿਹੜੀਆਂ ਲੋੜਾਂ ਹੈ ਹੀ ਨਹੀਂ ਵਿਖਾਵਾ ਹੈ ਨਾ ਇੱਕ ਕਿਉਂਕਿ ਸਾਡੀ ਮਾਨਸਿਕਤਾ ਦੇ ਚੋ ਗੱਲ ਪਾ ਦਿੱਤੀ ਗਈ ਹੈ ਖੈਰ ਬੜੀ ਸਾਦੀ ਜੀ ਜ਼ਿੰਦਗੀ ਜੀ ਰਿਹਾ ਹੈ ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ ਕਿਉਂ ਨਾ ਸ਼ਹਿਰ ਦੇ ਵਿੱਚ ਜਾ ਕੇ ਵੇਖਾਂ ਲੋਕ ਕਿਵੇਂ ਦੇ ਨੇ ਉਹਨਾਂ ਦਾ ਰਹਿਣ ਸਹਿਣ ਕਿਵੇਂ ਦਾ ਹੈ ਚਲਾ ਗਿਆ ਸ਼ਹਿਰ ਦੇ ਵਿੱਚ ਕੁਦਰਤਨ ਜਦੋਂ ਸ਼ਹਿਰ ਦੇ ਵਿੱਚ ਦਾਖਲ ਹੀ ਹੋਇਆ ਇੱਕ ਧਾਰਮਿਕ ਸਥਾਨ ਸੀ ਉਸ ਧਾਰਮਿਕ ਸਥਾਨ ਦਾ ਜਿਹੜਾ ਧਾਰਮਿਕ ਵਿਅਕਤੀ ਸੀ ਜਿਹੜਾ ਮੌਲਵੀ ਸੀ ਉਹ ਧਰਮ ਦੀ ਵਿੱਦਿਆ ਦੇ ਰਿਹਾ ਸੀ ਕਿ ਅੱਲਾ ਕੀ ਹੈ ਉਹਨੇ ਪਹਿਲਾ ਸ਼ਬਦ ਕਿਹਾ ਅੱਲਾ ਲਾ ਵਾਰਿਸ ਹੈ ਸੱਚ ਵਿੱਚ ਲਾ ਵਾਰਿਸ ਹੈ ਪ੍ਰਮਾਤਮਾ ਲਾ ਵਾਰਿਸ ਹੈ ਅਸੀਂ ਕਿੰਨੇ ਅਜੂਨੀ ਸੈਭੰਗ ਸੁੱਤੇ ਸਿੰਧ ਆਪਣੇ ਆਪ ਤੋਂ ਪ੍ਰਕਾਸ਼ਮਾਨ ਉਹਦਾ ਮਾਪਿਓ ਤੇ ਕੋਈ ਨਹੀਂ ਕਿਉਂਕਿ ਉਹ ਸਾਡਾ ਸਬਦਾ ਮਾਪਾਪ ਹੈ ਔਰ ਇਹ ੜਾਲ ਸੱਚਾਈ ਹੈ ਕਿ ਜਿਹੜਾ ਸਾਡਾ ਸਬਦਾ ਵਾਰਿਸ ਹੈ ਉਹਦਾ ਆਪਣਾ ਵਾਰਿਸ ਕੋਈ ਨਹੀਂ ਉਹ ਲਾ ਵਾਰਿਸ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਪਰ ਸਾਰਿਆਂ ਦਾ ਸਾਡਾ ਵਾਰਿਸ ਹੋਣ ਦੇ ਬਾਵਜੂਦ ਉਹਦਾ ਵਾਰਿਸ ਕੋਈ ਨਹੀਂ ਕਿਉਂ ਉਹਦੇ ਤੋਂ ਪਰਹੈ ਹੀ ਕੋਈ ਨਹੀਂ ਸੋਚਣ ਲੱਗ ਗਿਆ ਯਾਰ ਮੈਂ ਤੇ ਸੋਚਿਆ ਸੀ ਰੱਬ ਪਤਾ ਨਹੀਂ ਕਿਹਦਾ ਪੁੱਤ ਹੋਣਾ ਹੈ ਇਹ ਵੀ ਮੇਰੇ ਵਰਗਾ ਹੀ ਹੈ ਨਾ ਮਾਂ ਬਾਪ ਇਹਦਾ ਨਾ ਮਾਂ ਬਾਪ ਮੇਰਾ ਇਹ ਵੀ ਲਵਾਰਸ ਮੈਂ ਵੀ ਲਵਾਰਸ ਉਹ ਵੀ ਜਿਤੇਮ ਤੇ ਮੈਂ ਵੀ ਜਿਤੇਮ ਉਨੇ ਅਗਲੀ ਵਿਆਖਿਆ ਕੀਤੀ ਕਹਿੰਦਾ ਖੁਦਾ ਲਾ ਸ਼ਰੀਕ ਹੈ ਸ਼ਰੀਕਾ ਬਰਾਦਰੀ ਸਾਡਾ ਚਾਚੇ ਤਾਇਆ ਚ ਹੀ ਹੁੰਦਾ ਨਾ ਜਿਹੜਾ ਬਰਾਬਰ ਦੀ ਜਾਇਦਾਦ ਦਾ ਹੱਕਦਾਰ ਹੋਵੇ ਹੁਣ ਜਦੋਂ ਪਰਮਾਤਮਾ ਹੈ ਹੀ ਇੱਕ ਪਾਵਨ ਗੁਰਬਾਣੀ ਚ ਇੱਕ ਫਰਮਾਨ ਹੁੰਦਾ ਇਸ ਜੇਵਿਡ ਹੋਰ ਸ਼ਰੀਕ ਹੋਵੇ ਤਾਂ ਆਖੀਏ ਹੁਣ ਜੇ ਦੋ ਰੱਬ ਹੁਣ ਫਿਰ ਤੇ ਸ਼ਰੀਕਾ ਹੋ ਸਕਦਾ ਉਹ ਕਹਿੰਦਾ ਰੱਬਾ ਇਹਦਾ ਮਤਲਬ ਇਹ ਵੀ ਗੱਲ ਤੇਰੇ ਨਾਲ ਮੇਰੀ ਮਿਲਦੀ ਹੈ ਤੂੰ ਵੀ ਮੇਰੇ ਵਰਗਾ ਹੀ ਐ ਨਾ ਮੇਰਾ ਮਾਂ ਬਾਪ ਤੇ ਨਾ ਤੇਰਾ ਕੋਈ ਚਾਚੇ ਤਾਇਏ ਦਾ ਪੁੱਤ ਭਰਾ ਤੂੰ ਵੀ ਲਾਸ਼ਰੀਕ ਤੀਸਰੀ ਜਦੋਂ ਨੇ ਗੱਲ ਕਹੀ ਨਾ ਖੁਦਾ ਲਾ ਮਕਾਮ ਐ ਪਰਮਾਤਮਾ ਦੀ ਰਹਿਣ ਦੀ ਕੋਈ ਇੱਕ ਜਗ੍ਹਾ ਨਹੀਂ ਇਹ ਵੀ ਸੱਚ ਐ ਇੱਕ ਜਗ੍ਹਾ ਤੇ ਨਹੀਂ ਹੈਗਾ ਕਿਉਂਕਿ ਸਭ ਜਗ੍ਹਾ ਤੇ ਐ ਸੱਬੇ ਘਟ RAM ਬੋਲੇ RAM ਬਿਨਾ ਕੋ ਬੋਲੇ ਰਹਿ ਉਹਨੇ ਤੇ ਕਿਹਾ ਕਿ ਪਰਮਾਤਮਾ ਦੀ ਰਹਿਣ ਦੀ ਕੋਈ ਇੱਕ ਜਗ੍ਹਾ ਨਹੀਂ ਕਹਿੰਦਾ ਰੱਬਾ ਮੈਂ ਤੇਰੇ ਤੋਂ ਅਮੀਰ ਹੀ ਮੇਰੇ ਕੋਲ ਝੌਂਪੜੀ ਹੈਗੀ। ਤੇ ਰੱਬਾ ਮੈਂ ਤੇਰੇ ਤੋਂ ਅਮੀਰ ਹੀ ਮੇਰੇ ਕੋਲ ਝੌਂਪੜੀ ਹੈਗੀ ਹੈ। ਅੱਜ ਪਤਾ ਲੱਗਾ ਰੱਬ ਤੇ ਬੜਾ ਗਰੀਬ ਹੈ। ਹੁਣ ਇਹੀ ਗੱਲ ਸੁਣ ਕੇ ਵਾਪਸ ਚਲਾ ਗਿਆ ਕਿ ਸ਼ਹਿਰ ਰੱਬ ਦੀ ਕੁਦਰਤ ਤਾਂ ਵੇਖਣ ਜਾਣਾ ਸੀ ਤੇ ਰੱਬ ਤੇ ਆਪਣੇ ਵਰਗਾ ਹੀ ਹੈ ਆਪਣੇ ਤੋਂ ਵੀ ਗਰੀਬ। ਚਲਾ ਗਿਆ ਵਾਪਸ ਆਪਣੀ ਝੌਂਪੜੀ ਦੇ ਸਾਹਮਣੇ ਬੈਠਾ। ਹੁਣ ਇੱਕ ਵੱਖਰੀ ਜੀ ਖੇਚ ਨੇ ਜਨਮ ਲਿਆ ਹੈ ਰੱਬ ਦੇ ਵਿੱਚ ਇੱਕ ਵੱਖਰਾ ਜਿਹਾ ਪਿਆਰ ਪੈਦਾ ਹੋਇਆ ਵੀ ਮੈਂ ਵੀ ਤੇ ਜਤੀਮ ਐ ਨਾ ਮੈਂ ਵੀ ਲਵਾਰਸ ਆ ਮੇਰਾ ਮਾਂ ਪਿਓ ਨਹੀਂ ਸੀ ਮੈਂ ਕਿੰਨੇ ਕਸ਼ਟ ਉਠਾਏ ਨੇ ਤੇ ਰੱਬ ਵੀ ਤਾਂ ਇਨਾ ਦੁੱਖਾਂ ਚ ਲੰਘਦਾ ਹੋਵੇਗਾ ਨਾ ਹੁਣ ਬੈਠਾ ਝੌਂਕੜਾ ਮਾਰ ਕੇ ਕਹਿੰਦਾ ਰੱਬਾ ਓ ਖੁਦਾ ਮੈਂ ਤੇ ਸਮਝਦਾ ਸੀ ਤੂੰ ਬਹੁਤ ਵੱਡਾ ਹੈ ਪਰ ਮੈਨੂੰ ਅੱਜ ਪਤਾ ਲੱਗਾ ਤੂੰ ਤੇ ਮੇਰੇ ਤੋਂ ਵੀ ਗਰੀਬ ਹੈਂ ਸੱਚ ਜਾਨੀ ਮੈਂ ਤੇਰਾ ਦਰਦ ਜਾਣਦਾ ਤੇਰਾ ਮਾਂ ਬਾਪ ਨਹੀਂ ਹੈ ਨਾ ਕੋਈ ਤੈਨੂੰ ਨਿਵਾਉਂਦਾ ਤੋਂਂਦਾ ਨਹੀਂ ਹੋਵੇਗਾ ਕੋਈ ਤੈਨੂੰ ਰੋਟੀ ਨਹੀਂ ਖਵਾਉਂਦਾ ਹੋਵੇਗਾ ਕੋਈ ਤੇਰੇ ਕੱਪੜੇ ਨਹੀਂ ਬਦਲਦਾ ਹੋਊਗਾ ਤੇਰੇ ਕੋਲ ਘਰ ਵੀ ਨਹੀਂ ਹੈਗਾ ਮੈਨੂੰ ਅੱਜ ਪਤਾ ਲੱਗਾ ਰੱਬ ਦਾ ਵਾਸਤਾ ਮੇਰੇ ਘਰ ਆ ਜਾ ਮੇਰੇ ਘਰ ਆ ਜਾ ਮੈਂ ਤੈਨੂੰ ਰੋਟੀ ਖਵਾਉਂਗਾ ਮੈਂ ਤੈਨੂੰ ਨਿਵਾਉਂਗਾ ਮੈਂ ਗਰੀਬ ਸੀ ਨਾ ਮੇਰੇ ਕੱਪੜੇ ਕੋਈ ਨਹੀਂ ਸੀ ਸੀਉਂਦਾ ਮੈਂ ਪਾਟੇ ਕੱਪੜੇ ਪਾਏ ਨੇ ਮੈਨੂੰ ਪਤਾ ਤੇਰੇ ਵੀ ਕੱਪੜੇ ਇਸ ਤਰ੍ਹਾਂ ਦੇ ਹੋਣਗੇ ਤੇਰਾ ਮਾਂ ਬਾਪ ਨਹੀਂ ਹੈਗਾ ਮੈਂ ਤੇਰੇ ਕੱਪੜਿਆਂ ਦੀ ਸਲਾਈ ਵੀ ਕਰੂੰਗਾ ਆਪਣੇ ਘਰ ਦੇ ਵਿੱਚ ਰੱਖੂਗਾ ਬਸ ਮਸਤ ਹੋ ਗਿਆ ਇਨਾਂ ਗੱਲਾਂ ਦੇ ਵਿੱਚ ਲਾਗੋਂ ਦੀ ਹਜ਼ਰਤ موسی ਅਲੈਸਲਾਮ ਲੰਘ ਰਹੇ ਸੀ ਵੇਖਿਆ ਮਹਿਲਾ ਕਚੈਲਾ ਜਾਂ ਆਜੜੀ ਤੇ ਗੱਲਾਂ ਰੱਬ ਨਾ ਕਰਨ ਦੇ ਆ ਵੀ ਰੱਬਾ ਮੇਰੇ ਘਰ ਆ ਜਾ ਮੈਂ ਤੈਨੂੰ ਖਵਾਉਂਗਾ ਮੈਂ ਤੇ ਉਹਨੂੰ ਪਿਆਉਂਗਾ ਤੂੰ ਬੜਾ ਗਰੀਬ ਐ ਤੇਰਾ ਮਾਂ ਬਾਪ ਨਹੀਂ ਹੈਗਾ ਤੂੰ ਲਵਾਰਿਸ ਐ ਤੂੰ ਲਾ ਸ਼ਰੀਕ ਐ ਖਿੱਚ ਕੇ ਥੱਪੜ ਮਾਰਿਆ ਸ਼ਕਲ ਵੇਖੀ ਆਪਣੀ ਤੇਰੇ ਵਰਗੇ ਦੇ ਘਰ ਰੱਬ ਆਵੇਗਾ ਕਿਤੇ ਸ਼ਕਲ ਵੇਖੀ ਐ ਚੁੱਪਚਾਪ ਵਿਚਾਰਾ ਬੈਠਾ ਰਿਹਾ ਅਮੀਰ ਬੰਦੇ ਦੇ ਅੱਗੇ ਕੀ ਕਰ ਲੈਣਾ ਸੀ موسی ਚਲੇ ਗਿਆ ਆਪਣੀ ਬੰਦਗੀ ਵਾਲੀ ਜਗ੍ਹਾ ਤੇ ਜਦੋਂ حضرت موسی ਗਾਰੇ ਹਿਰਾ ਜਿਸ ਪਰਬਤ ਦੇ ਉੱਪਰ ਬੰਦਗੀ ਕਰਿਆ ਕਰਦੇ ਸੀ ਜਾ ਕੇ ਬੈਠੇ ਨਾ ਅੱਜ ਟਿਕਾ ਨਹੀਂ ਐ ਸੁਰਤ ਦੇ ਵਿੱਚ ਬੜਾ ਚਿਰ ਬੰਦਗੀ ਚ ਬੈਠੇ ਰਹੇ ਸੁਰਤ ਨਹੀਂ ਜੁੜੀ ਅਖੀਰ ਰੱਬ ਨੂੰ ਪੁੱਛ ਹੀ ਲਿਆ ਰੱਬਾ ਅੱਜ ਸੁਰਤ ਕਿਉਂ ਨਹੀਂ ਜੁੜ ਰਹੀ ਅੱਜ ਕੀ ਗੁਨਾਹ ਹੋਇਆ ਰੱਬ ਨੇ ਪਤਾ ਕੀ ਕਿਹਾ ਅਰਦਾਸ ਦਾ ਖੰਡਨ ਕਰਕੇ ਆਇਆ ਜਿਹੜਾ ਰੱਬ ਨੇ ਸ਼ਬਦ ਕਿਹਾ ਉਸ ਨੂੰ ਸ਼ੇਖ ਸਾਦੀ ਨੇ ਆਪਣੀ ਕਿਤਾਬ ਫਾਰਸੀ ਗੁਲਸਤਾ ਬੋਸਤਾਂ ਦੇ ਵਿੱਚ ਇੱਕ ਸ਼ੇਰ ਦੇ ਵਿੱਚ ਲਿਖਿਆ ਕਹਿੰਦੇ موسی ਤੈਂ ਬਰਾਇਓ ਵਸਲ ਕਰਦਮ ਆਮਦੀ ਨੈਂ ਬਰਾਇਓ ਫਸਲ ਕਰਦਮ ਆਮਦੀ ਉਹ موسی ਮੈਂ ਤੇ ਤੈਨੂੰ ਸੰਸਾਰ ਤੇ ਭੇਜਿਆ ਸੀ ਵੀ ਕਿਸੇ ਟੁੱਟੇ ਹੋਏ ਨੂੰ ਜੋੜ ਕੇ ਆਈ ਅੱਜ ਇੱਕ ਮੇਰੇ ਨਾਲ ਜੁੜਿਆ ਪਿਆ ਸੀ ਤੂੰ ਤੋੜ ਕੇ ਆ ਗਿਆ ਜਿਹੜਾ ਉਹਦੀ ਅਰਦਾਸ ਦੇ ਵਿੱਚ ਦਮ ਸੀ ਨਾ ਜਿਹੜਾ ਉਹਦੀ ਅਰਦਾਸ ਦੇ ਵਿੱਚ ਪਿਆਰ ਸੀ ਉਹ ਤੇਰੀ ਅਰਦਾਸ ਚ ਕਿੱਥੇ ਹੈ ਤੇਰੇ ਕੋਲ ਸ਼ਬਦ ਵੱਡੇ ਹੋ ਸਕਦੇ ਨੇ ਤੇਰਾ ਗਿਆਨ ਵੱਡਾ ਹੋ ਸਕਦਾ ਹੈ ਤੇਰੇ ਗਿਆਨ ਦਾ ਅਹੰਕਾਰ ਵੱਡਾ ਹੋ ਸਕਦਾ ਹੈ ਪਰ ਉਹ ਪਿਆਰ ਤੇਰੇ ਸ਼ਬਦਾਂ ਦੇ ਵਿੱਚ ਕਿੱਥੇ ਹੈ ਜਿਹੜਾ ਪਿਆਰ ਤੂੰ ਤੋੜ ਕੇ ਆ ਗਿਆ موسیa ਕਿਹਾ ਮਾਫੀ ਮੰਗਣੀ ਪਈ ਉਸਦੇ ਕੋਲੋਂ ਫਿਰ ਖੁਦਾ ਦੀ ਬੰਦਗੀ ਦੇ ਵਿੱਚ ਸੁੱਤ ਜੁੜੀ ਹੁਣ ਅਸੀਂ ਵੇਖੀਏ ਕਿ ਉਸ ਆਜੜੀ ਦੀ ਅਰਦਾਸ ਕਿਵੇਂ ਦੀ ਹੈ ਉਦੀ ਅਰਦਾਸ ਤਾਂ ਬਿਲਕੁਲ ਸਿੱਧੀ ਜੀ ਹੈ ਬਿਲਕੁਲ ਸਿੱਧੀ ਕਿ ਐਹ ਪਰਮਾਤਮਾ ਮੇਰੇ ਘਰ ਆ ਮੈਂ ਤੇਰੀ ਸੇਵਾ ਕਰਨ ਨੂੰ ਤਿਆਰ ਹਾਂ ਹੁਣ ਉਹਦੇ ਕੋਲ ਵੱਡੀਆਂ-ਵੱਡੀਆਂ ਡੈਫੀਨੇਸ਼ਨਸ ਨਹੀਂ ਹੈਗੀਆਂ ਪਰਿਭਾਸ਼ਾਵਾਂ ਨਹੀਂ ਹੈਗੀਆਂ ਵਿਆਖਿਆ ਨਹੀਂ ਹੈਗੀਆਂ ਵੱਡੇ ਸ਼ਬਦ ਨਹੀਂ ਹੈਗੇ ਜਿਸ ਤਰ੍ਹਾਂ ਸਾਡੇ ਵਿਦਵਾਨਾਂ ਕੋਲ ਹੁੰਦੇ ਕਈ ਵਾਰੀ ਸੈਮੀਨਾਰਾਂ ਦੇ ਵਿੱਚ ਏਡੇ-ਏਡੇ ਵੱਡੇ ਸ਼ਬਦ ਬੋਲੀ ਜਾਂਦੇ ਅਗਲੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਸ਼ਬਦ ਨਹੀਂ ਹੈਗੇ ਉਹਦੇ ਕੋਲ ਉਹਦੇ ਕੋਲ ਕੀ ਹੈ ਭੋਲਾ ਭਾਉ ਗੋਬਿੰਦ ਮਿਲਾਵੇ ਉਹਦੀ ਅਰਦਾਸ ਵਿੱਚ ਭੋਲਾਪਨ ਉਹਦੇ ਵਿੱਚ ਚਤਰਾਈ ਨਹੀਂ ਹੈ ਸਿਆਣਪ ਨਹੀਂ ਹੈ ਸ਼ਬਦਾਂ ਦਾ 헤ਰ ਫੇਰ ਨਹੀਂ ਹੈ ਸੋ ਇਹ ਸਾਨੂੰ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਅਰਦਾਸ ਨਿਮਰਤਾ ਸਹਿਤ ਹੀ ਕੀਤੀ ਜਾਵੇ ਕਿਸੇ ਵੀ ਕਾਰਜ ਦੇ ਵਾਸਤੇ ਅਰਦਾਸ ਕਰਨੀ ਹੈ